ਨਮਸਕਾਰ ਅੱਜ ਅਸੀਂ ਇਸ ਪੇਸ਼ਕਾਰੀ ਰਾਹੀਂ ਸਮੁੰਦਰੀ ਊਰਜਾ ਬਾਰੇ ਦੇਖਣ ਜਾ ਰਹੇ ਹਾਂ ਕਿਉਂ ਸਾਨੂੰ ਇਸ ਪ੍ਰਕਾਰ ਦੀ ਊਰਜਾ ਦੀ ਜ਼ਰੂਰਤ ਹੈ ਅਤੇ ਇਹ ਕਿਵੇਂ ਵਰਤੀ ਜਾਂਦੀ ਹੈ ਜਿਹੜਾ ਜਿਹਨਾਂ ਵਿਸ਼ਿਆਂ ਤੇ ਅੱਜ ਅਸੀਂ ਜਾਣਨ ਪਾਵਾਂਗੇ ਉਹ ਹਨ ਨਵਿਆਉਣਯੋਗ ਊਰਜਾ ਕੀ ਹੁੰਦੀ ਹੈ ਅਤੇ ਸਾਨੂੰ ਇਸ ਊਰਜਾ ਦੀ ਕੀ ਲੋੜ ਹੈ ਵੱਖਰੇ ਪ੍ਰਕਾਰ ਦੇ ਨਵਿਆਉਣਯੋਗ ਸਰੋਤ ਸਮੁੰਦਰੀ ਊਰਜਾ ਦੀਆਂ ਕਿਸਮਾਂ ਸਮੁੰਦਰੀ ਊਰਜਾ ਦੀ ਮਹੱਤਤਾ ਅਤੇ ਅੰਤ ਵਿੱਚ ਵੇਖਾਂਗੇ ਕਿ ਸਮੁੰਦਰੀ ਊਰਜਾ ਦੀ ਭਾਰਤ ਵਿੱਚ ਕੀ ਸਥਿਤੀ ਹੈ ਪਹਿਲਾਂ ਅਸੀਂ ਵੇਖਾਂਗੇ ਸਾਨੂੰ ਨਵਿਆਉਣਯੋਗ ਊਰਜਾ ਦੀ ਕੀ ਜ਼ਰੂਰਤ ਹੈ ਇਸ ਊਰਜਾ ਤੋਂ ਸਾਨੂੰ ਕਿਵੇਂ ਫਾਇਦਾ ਹੋ ਸਕਦਾ ਹੈ ਜਿਵੇਂ ਅਸੀਂ ਜਾਣਦੇ ਹਾਂ ਕੀ ਸਾਡੇ ਪੂਰੇ ਵਿਸ਼ਵ ਦੀ ਆਬਾਦੀ 7.8 ਬਿਲੀਅਨ ਹੈ ਇਸ ਵਿੱਚੋਂ 1.3 ਬਿਲੀਅਨ ਲੋਕਾਂ ਕੋਲ ਬਿਜਲੀ ਦੀ ਪਹੁੰਚ ਦੀ ਘਾਟ ਹੈ ਇਹਨਾਂ ਵਿੱਚੋਂ ਲਗਭਗ 360 ਮਿਲੀਅਨ ਭਾਰਤ ਵਿੱਚ ਰਹਿੰਦੇ ਹਨ ਬਿਜਲੀ ਉਤਪਾਦਨ ਦਾ ਰਵਾਇਤੀ ਰੂਪ ਜੈਵਿਕ ਇੰਦਨ ਦੀ ਵਰਤੋਂ ਕਰਦਾ ਹੈ ਇਸ ਤਰ੍ਹਾਂ ਦੇ ਉਤਪਾਦਨ ਵਿੱਚ ਜੈਵਿਕ ਬਾਲਣ ਨੂੰ ਜਲਾਇਆ ਜਾਂਦਾ ਹੈ ਇਹ ਹੀ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਹੈ ਹਵਾ ਪ੍ਰਦੂਸ਼ਣ ਦਾ ਇਹ ਰੂਪ ਵਾਯੂ ਮੰਡਲ ਵਿੱਚ CO2 ਗੈਸਾਂ ਦੀ ਨਿਕਾਸੀ ਦਾ ਇੱਕ ਵੱਡਾ ਕਾਰਨ ਹੈ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ 75% ਤੇਲ ਦੀ ਦਰਾਮਦ ਕਰਦਾ ਹੈ ਅਤੇ ਦੇਖਿਆ ਜਾਵੇ ਤਾਂ ਭਾਰਤ ਦੀ ਤੇਲ ਦੀ ਖਪਤ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥੀ ਸਭ ਤੋਂ ਵੱਡੀ ਹੈ ਇਸ ਲਈ ਸਾਨੂੰ ਵੱਧੀ ਆਬਾਦੀ ਨੂੰ ਦੇਖਦੇ ਹੋਏ ਅਤੇ ਵੱਧਦੀ ਊਰਜਾ ਦੀ ਮੰਗ ਨੂੰ ਦੇਖਦੇ ਹੋਏ ਨਵਿਆਉਣਯੋਗ ਊਰਜਾ ਸਰੋਤਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਨਵਿਆਉਣਯੋਗ ਊਰਜਾ ਦੇ ਸਰੋਤ ਸੂਰਜੀ ਊਰਜਾ ਸੂਰਜੀ ਊਰਜਾ ਸਾਨੂੰ ਸੂਰਜ ਦੀਆਂ ਕਿਰਨਾਂ ਤੋਂ ਮਿਲਦੀ ਹੈ। ਇਹ ਇੱਕ ਪ੍ਰਭਲ ਊਰਜਾ ਸਰੋਤ ਹੈ। ਬਾਇਓਮਾਸ ਊਰਜਾ ਇਸ ਊਰਜਾ ਦਾ ਸਰੋਤ ਬਾਰ-ਬਾਰ ਕੀਤਾ ਜਾ ਸਕਦਾ ਹੈ। ਇਹ ਊਰਜਾ ਪਸ਼ੂ ਅਤੇ ਪੌਦਿਆਂ ਦੀ ਸਮੱਗਰੀ ਤੋਂ ਉਤਪੰਨ ਹੁੰਦੀ ਹੈ। ਇਸਨੂੰ ਵੀ ਬਿਜਲੀ ਦੇ ਉਤਪਾਦਨ ਵਿੱਚ ਵਰਤਿਆ ਜਾ ਸਕਦਾ ਹੈ। ਹਵਾ ਊਰਜਾ ਹਵਾ ਊਰਜਾ ਵਗਦੀ ਹੋਈ ਹਵਾ ਤੋਂ ਉਤਪੰਨ ਹੁੰਦੀ ਹੈ। ਇਸ ਊਰਜਾ ਦਾ ਉਪਯੋਗ ਕਰਨ ਲਈ ਹਵਾਦਾਰ ਜਗ੍ਹਾ ਤੇ ਹਵਾ ਚੱਕੀ ਨੂੰ ਲਗਾਇਆ ਜਾਂਦਾ ਹੈ। ਇਸ ਤਰ੍ਹਾਂ ਮਸ਼ੀਨੀ ਊਰਜਾ ਬਿਜਲੀ ਊਰਜਾ ਵਿੱਚ ਬਦਲੀ ਜਾਂਦੀ ਹੈ। ਪਣ ਬਿਜਲੀ ਊਰਜਾ ਪਣ ਬਿਜਲੀ ਊਰਜਾ ਵਗਦੇ ਹੋਏ ਜਾਂ ਡਿੱਗਦੇ ਹੋਏ ਪਾਣੀ ਤੋਂ ਉਤਪੰਨ ਹੁੰਦੀ ਹੈ ਭੂਤਾਪ ਊਰਜਾ ਭੂਤਾਪ ਊਰਜਾ ਜਾਂ ਜੀਓਥਰਮਲ ਊਰਜਾ ਧਰਤੀ ਦੇ ਅੰਦਰੂਨੀ ਤਾਪ ਵਿੱਚੋਂ ਵਰਤੀ ਜਾਂਦੀ ਹੈ ਸਮੁੰਦਰੀ ਊਰਜਾ ਸਮੁੰਦਰੀ ਊਰਜਾ ਸਮੁੰਦਰੀ ਲਹਿਰਾਂ ਜਵਾਰ ਆਦਤੋਂ ਲਈ ਗਈ ਊਰਜਾ ਹੁੰਦੀ ਹੈ ਲਹਿਰ ਊਰਜਾ ਲਹਿਰ ਊਰਜਾ ਉਹ ਊਰਜਾ ਹੈ ਜੋ ਲਹਿਰਾਂ ਤੋਂ ਪੈਦਾ ਹੁੰਦੀ ਹੈ ਇਹ ਲਹਿਰਾਂ ਹਵਾ ਤੋਂ ਬਣਦੀਆਂ ਹਨ ਜਦੋਂ ਹਵਾ ਸਮੁੰਦਰ ਤੋਂ ਉੱਪਰ ਵਗਦੀ ਹੈ ਤਾਂ ਹਵਾ ਨਾਲ ਲਹਿਰਾਂ ਬਣਦੀਆਂ ਹਨ ਇਸ ਤੋਂ ਬਿਜਲੀ ਬਣਾਉਣ ਲਈ ਲਹਿਰ ਊਰਜਾ ਕਨਵਰਟਰ ਦੀ ਵਰਤੋਂ ਹੁੰਦੀ ਹੈ ਜਵਾਰ ਊਰਜਾ ਜਵਾਰ ਊਰਜਾ ਪਣ ਬਿਜਲੀ ਦਾ ਇੱਕ ਸਰੋਤ ਹੈ ਇਸ ਨੂੰ ਬਿਜਲੀ ਦੀ ਵਰਤੋਂ ਲਈ ਟਰਬਾਈਨਾਂ ਨਾਲ ਤਬਦੀਲ ਕੀਤਾ ਜਾਂਦਾ ਹੈ। ਸਮੁੰਦਰੀ ਤਾਪ ਊਰਜਾ ਸਮੁੰਦਰੀ ਤਾਪ ਊਰਜਾ ਵਿੱਚ ਗਰਮ ਸਮੁੰਦਰੀ ਸਤਹ ਦੀ ਗਰਮੀ ਦਾ ਉਪਯੋਗ ਕਰਕੇ ਬਿਜਲੀ ਉਤਪੰਨ ਕੀਤੀ ਜਾਂਦੀ ਹੈ। ਇਹ ਊਰਜਾ ਡੂੰਘੇ ਠੰਡੇ ਸਮੁੰਦਰੀ ਪਾਣੀ ਅਤੇ ਕੋਸੇ ਗਰਮ ਖੰਡੀ ਧਰਤੀ ਦੇ ਪਾਣੀਆਂ ਵਿਚਕਾਰ ਤਾਪਮਾਨ ਦੇ ਅੰਤਰ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰ ਸਕਦੀ ਹੈ। ਖਾਰੇ ਪੰਟਾਲ ਊਰਜਾ ਖਾਰੇਪਣ ਟਾਲ ਊਰਜਾ ਸਮੁੰਦਰੀ ਪਾਣੀ ਅਤੇ ਨਦੀ ਦੇ ਪਾਣੀ ਅੰਤਰ ਜੋ ਖਾਰੇਪਣ ਟਾਲ ਹੁੰਦਾ ਹੈ ਉਸ ਦੀ ਵਰਤੋਂ ਕਰਕੇ ਊਰਜਾ ਪੈਦਾ ਕੀਤੀ ਜਾ ਸਕਦੀ ਹੈ ਇਸ ਊਰਜਾ ਦੀ ਵਰਤੋਂ ਕਰਕੇ ਬਿਜਲੀ ਉਤਪੰਨ ਕੀਤੀ ਜਾ ਸਕਦੀ ਹੈ ਹੁਣ ਅਸੀਂ ਦੇਖਾਂਗੇ ਸਾਨੂੰ ਸਮੁੰਦਰੀ ਊਰਜਾ ਦੀ ਵਰਤੋਂ ਕਰਨ ਦੀ ਕੀ ਲੋੜ ਹੈ ਜਿਵੇਂ ਸਾਨੂੰ ਪਤਾ ਹੈ ਕਿ ਧਰਤੀ ਦੀ ਸਤਹ ਦਾ 70% ਹਿੱਸਾ ਪਾਣੀ ਨਾਲ ਟਕਿਆ ਹੋਇਆ ਹੈ ਅਤੇ ਸਮੁੰਦਰ ਸਭ ਤੋਂ ਵੱਡਾ ਸੂਰਜੀ ਕਿਰਨਾਂ ਨੂੰ ਇਕੱਠਾ ਕਰਨ ਵਾਲਾ ਸਰੋਤ ਹੈ ਜੇਕਰ ਅਸੀਂ ਸਹੀ ਤਰ੍ਹਾਂ ਸਮੁੰਦਰੀ ਊਰਜਾ ਦੀ ਵਰਤੋਂ ਕਰੀਏ ਤਾਂ ਸੰਸਾਰ ਦੀ ਬਹੁਤ ਵੱਡੀ ਊਰਜਾ ਦੀ ਮੰਗ ਨੂੰ ਪੂਰਾ ਕਰ ਸਕਦੇ ਹਾਂ ਜੇਕਰ ਅਸੀਂ ਸਿਰਫ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੀ ਊਰਜਾ ਦੀ ਜ਼ਰੂਰਤ ਸਿਰਫ ਸਮੁੰਦਰੀ ਊਰਜਾ ਨਾਲ ਹੀ ਪੂਰੀ ਕਰ ਸਕਦੇ ਹਾਂ ਅੰਤ ਵਿੱਚ ਹੁਣ ਅਸੀਂ ਭਾਰਤ ਵਿੱਚ ਕੀਤੇ ਗਏ ਸਮੁੰਦਰੀ ਊਰਜਾ ਪ੍ਰਯੋਜਨਾ ਦੀ ਇੱਕ ਝਲਕ ਦੇਖਾਂਗੇ। ਭਾਰਤ ਨੇ ਕੇਰਲ ਵਿੱਚ ਤਰੰਗ ਊਰਜਾ ਪਲਾਂਟ ਦੀ ਅਜਮਾਇਸ਼ ਕੀਤੀ ਹੈ। ਇਹ ਇੱਕ 150 ਕਿਲੋਵੋਟ ਦਾ ਤਰੰਗ ਊਰਜਾ ਕਨਵਰਟਰ ਯਾਨੀ ਵੇਵ એનર્ਜੀ ਕਨਵਰਟਰ ਹੈ ਜੋ ਕਿ ਕੇਰਲ ਦੇ ਵਿਜ਼ਿੰਜਾਮ ਵਿੱਚ ਸਥਾਪਿਤ ਕੀਤਾ ਗਿਆ ਹੈ। ਧੰਨਵਾਦ।